ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਦੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੱਟਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਪੱਟਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਅਸੀਂ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਮਿਸਟਰ ਗੁਬਾਇਆ ਜੀ ਨਾਲ ਕਰਵਾਵਾਂਗੇ ਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਗੁਬਾਇਆ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਕੁਆਇਰ ਸਾਹਿਬ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਦਭਾਵਨਾਵਾਂ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ, ਸੁਣਨ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਕਾਫੀ ਬਹੁਤ ਵੱਡੀ ਕਾਮਯਾਬੀ ਮਿਲ ਰਹੀ ਆ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜੋ ਸਦਭਾਵਨਾ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਉਹਨਾਂ ਦਾ ਮਕਸਦ ਕੋਈ ਪੋਲੀਟੀਕਲ ਨਹੀਂ ਹੈ। ਉਹਨਾਂ ਦਾ ਮਕਸਦ ਹੈ, ਜਿਹੜੇ ਕੁਛ ਸ਼ਰਾਰਤੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਹਮਲਾ ਕੀਤਾ, ਕਈ ਥਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਉਹਦੇ ਵਿੱਚ ਕਈ ਕੁਛ ਲੋਕ ਉਸ ਜਿਹੜੇ ਸਿੱਧਾ ਅਟੈਕ ਸਰਕਾਰ ਤੇ ਕਰ ਰਹੇ ਸੀਗੇ, ਸਰਕਾਰ ਦੀ ਦੇਣ ਹੈ, ਸਰਕਾਰ ਇਹ ਕਰਾ ਰਹੀ ਹੈ, ਉਹ ਇਹ ਨੀ ਕੀਤਾ ਗਿਆ। ਤੇ ਜਦਕਿ ਸਰਕਾਰ ਤਾਂ ਲਾ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਪੂਰਾ ਯਤਨ ਕਰਦੀ ਰਹੀ ਹੈ, ਉਸ ਕਰਕੇ ਲੋਕਾਂ ਨੂੰ ਇਸ ਤੋਂ ਜਾਣੂ ਕਰਾਉਣ ਵਾਸਤੇ ਤੇ ਉਸਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਰ ਰਹੇ ਹੈ, ਉਹਨਾਂ ਦੇ ਪਛਤਾਤਾਪ ਵਾਸਤੇ ਜਿਹੜੀਆਂ ਸਦਭਾਵਨਾ ਰੈਲੀਆਂ ਕੀਤੀਆਂ ਗਈਆਂ, ਜਿਹਨਾਂ ਨੇ ਲੋਕਾਂ ਨੂੰ ਬੜੀ ਵੱਡੀ ਗਿਣਤੀ ਵਿੱਚ ਆ ਕੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਸਾਨੂੰ ਜਿਹੜਾ ਆਪਸੀ ਸਾਂਝ, ਭਾਈਚਾਰਕ ਸਾਂਝ ਜਿਹੜੀ ਹੈ ਉਹ ਬਣਾ ਕੇ ਰੱਖਣ ਦੀ ਲੋੜ ਹੈ, ਤਾਂ ਕਿ ਜਿਹੜੇ 1984 ਦਾ ਜਦੋਂ ਦ੍ਰਿਸ਼ ਦੇਖਦੇ ਹਾਂ ਤਾਂ ਉਦੋਂ ਲੂ ਕੰਢੇ ਖੜੇ ਹੋ ਜਾਂਦੇ ਹਰੇਕ ਪੰਜਾਬੀ ਦੇ, ਸਿੱਖ ਦੇ, ਕਿ ਉਸ ਵੇਲੇ ਜਿਸ ਤਰ੍ਹਾਂ ਨਾਲ ਸਾਡਾ ਮਾਹੌਲ ਪੈਦਾ ਹੋਇਆ ਸੀ, ਇਹ ਕਿਤੇ ਅਸੀਂ ਫਿਰ ਉਸ ਤਰ੍ਹਾਂ ਦੀ ਸਥਿਤੀ ਵਿੱਚ ਫਿਰ ਨਾ ਫਸ ਜਾਈਏ। ਤੇ ਕੁਛ ਲੋਕ ਉਸਦਾ ਲਾਹ ਲੈਣ ਵਾਸਤੇ ਇੱਥੋਂ ਤੱਕ ਦੇ ਹੱਥਕੰਡੇ ਉਹਨਾਂ ਨੇ ਵਰਤੇ, ਜਿਹਦੀ ਕਿ ਪੰਜਾਬ ਵਿੱਚ ਬਹੁਤ ਵੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋਈ ਔਰ ਬਹੁਤ ਵੱਡੇ ਮਾਤਰਾ 'ਚ ਲੋਕਾਂ ਨੂੰ ਉਸਦੇ ਜਿਹੜਾ ਸ਼ੌਕ ਪਹੁੰਚਿਆ, ਇਸ ਕਰਕੇ ਇਹ ਸਦਭਾਵਨਾ ਰੈਲੀ ਉਸ ਕਰਕੇ ਕੀਤੀ ਜਾਵੇ। ਜਿਹੜੇ ਲੋਕ ਰੈਲੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਉਸ ਉਤਸ਼ਾਹ ਦਾ ਕੀ ਕਾਰਨ ਹੋ ਸਕਦਾ? ਦੇਖੋ, ਜਿਹੜੀ ਸਦਭਾਵਨਾ ਹੈ, ਅੱਜ ਕੋਈ ਵੀ ਪੰਜਾਬੀ ਇਹ ਤਾਂ ਨਹੀਂ ਨਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਫਿਰ ਹਾਲਾਤ ਖਰਾਬ ਹੋਣ, ਹਰੇਕ ਚਾਹੁੰਦਾ ਕਿ ਅਸੀਂ ਅਮਨ ਸ਼ਾਂਤੀ ਦੇ ਨਾਲ ਬੈਠ ਕੇ ਆਪਣਾ ਜਿਹੜਾ ਆਪਣਾ ਆਪ ਤਰੱਕੀ ਕਰੀਏ, ਬੱਚੇ ਤਰੱਕੀ ਕਰਨ ਤੇ ਸਾਡਾ ਪੰਜਾਬ ਤਰੱਕੀ ਕਰੇ, ਇਸ ਕਰਕੇ ਲੋਕ ਜਿਹੜੀ ਵੱਡੀ ਗਿਣਤੀ ਵਿੱਚ ਉਹਦੇ ਵਿੱਚ ਪਹੁੰਚ ਰਹੇ ਹੈ। ਜਦੋਂ ਪਹਿਲਾਂ ਗੱਲ ਕੀਤੀ ਜਾਵੇ ਕਿਸਾਨਾਂ ਦੇ ਮਸਲੇ ਸੀ, ਕਿਸਾਨ ਅੰਦੋਲਨ ਕਰ ਰਹੇ ਸਨ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿੰਨੇ ਵੀ ਸਿੱਖ ਨੇ, ਸਾਰੇ ਸਿੱਖਾਂ ਨੇ ਤਕਰੀਬਨ ਕਿਸੇ ਵੀ ਪਾਰਟੀ ਰਾਜਨੀਤਿਕ ਦੇ ਨਾਲ ਜੁੜੇ ਹੋਣ, ਇਸ ਗੱਲ ਦਾ ਦੁੱਖ ਮਨਾਇਆ ਕਿ ਜੋ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋ ਰਿਹਾ ਸੀ ਉਹ ਠੀਕ ਨਹੀਂ ਸੀ। ਉਸ ਵੇਲੇ ਕਈ ਲੋਕਾਂ ਨੇ ਉਸ ਦੇ ਮੁੱਦੇ ਨੂੰ ਅੱਗੇ ਲਿਜਾਣ ਦੇ ਲਈ ਇਸ ਨੂੰ ਰਾਜਨੀਤਿਕ ਪੱਠ ਦੇਣ ਦੀ ਕੋਸ਼ਿਸ਼ ਕੀਤੀ ਗਈ, ਸਰਬੱਤ ਖਾਲਸਾ ਬੁਲਾਇਆ ਗਿਆ, ਕਈ ਲੋਕਾਂ ਨੇ ਉਸ ਨੂੰ ਸਰਾਹਿਆ, ਕਈਆਂ ਨੇ ਉਸ ਦਾ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੱਸਿਆ ਕਿ ਇੱਕ ਖਾਲਿਸਤਾਨ ਦੇ ਸਮਰਥਕਾਂ ਨੇ ਇੱਕ ਸਰਬੱਤ ਖਾਲਸਾ ਕੀਤਾ ਸੀ, ਜਿਸ ਨੂੰ ਸਰਕਾਰੀ ਪੱਖੋਂ ਅਤੇ ਲੋਕਾਂ ਪੱਖੋਂ ਕੋਈ ਹੁੰਗਾਰਾ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਸਦਭਾਵਨਾ ਰੈਲੀਆਂ ਹੋਈਆਂ, ਉਸ ਤੋਂ ਬਾਅਦ ਜੇ ਹੁਣ ਥੋੜ੍ਹਾ ਜਿਹਾ ਰਾਜਨੀਤਿਕ ਪੱਠ ਕੀਤਾ ਜਾਵੇ ਤਾਂ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਜੋ ਕੁਛ ਵੀ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਲਈ ਕਰਵਾਈ ਸੀ ਕਿਉਂਕਿ ਜਿਹੜੇ ਅਸਲੀ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਸਨ, ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ, ਉਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਦੇਖੋ, ਇਹ ਤਾਂ ਕਦੇ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਕਿਸਾਨਾਂ ਦੇ ਵਿਰੋਧ ਵਿੱਚ ਕੋਈ ਗੱਲ ਕੀਤੀ ਹੋਵੇ। ਹਮੇਸ਼ਾ ਉਹਨਾਂ ਨੇ ਕਿਸਾਨਾਂ ਦੀ ਲੜਾਈ ਲੜੀ ਹੈ, ਚਾਹੇ ਸੈਂਟਰ ਦੇ ਨਾਲ ਹੋਵੇ, ਚਾਹੇ ਕਿਸੇ ਹੋਰ ਜਿਹੜੀ ਸਰਕਾਰ ਸਟੇਟ ਦੀ ਸਰਕਾਰ ਹੋਵੇ, ਹਮੇਸ਼ਾ ਹੀ ਕਿਸਾਨਾਂ ਦੇ ਉਹਨਾਂ ਨੇ ਫੇਵਰ ਚ ਗੱਲ ਕੀਤੀ ਹੈ। ਆਹ ਠੀਕ ਹੈ ਕਿ ਇਸ ਵਾਰ ਜਿਹੜੇ ਕਿਸਾਨਾਂ ਦੀ ਫਸਲ ਦਾ ਜਿਹੜੀ ਕੁਛ ਤਬਾਹ ਹੋਈ, ਨਰਮੇ ਦੀ, ਕੋਟਨ ਦੀ, ਪੈਰੀ ਦਾ, ਹੋਰ ਇਸ ਦਾ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ, ਉਸ ਤੋਂ ਸਰਕਾਰ ਨੇ ਫਿਰ ਆਪ ਇਨੀਸ਼ੀਏਟ ਲੈ ਕੇ ਅੱਗੇ, ਅੱਜ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਇੰਨੇ ਫੰਡ ਜਿਹੜੇ ਹੈ ਜਲਦੀ ਔਰ ਪ੍ਰੋਪਰ ਟਾਈਮ ਤੇ ਨਹੀਂ ਕਦੇ ਦਿੱਤੇ ਜਿੰਨੇ ਬਾਦਲ ਸਾਹਿਬ ਨੇ ਦਿੱਤੇ। ਸੋ ਇਸ ਕਰਕੇ
ਇਹ ਜਿਹੜੀ ਸਰਬੱਤ ਖਾਲਸਾ ਦਾ ਨਾਂ ਰੱਖਿਆ ਜਾਂ ਉਹਨਾਂ ਨੇ ਇਕੱਠ ਕੀਤਾ ਉਹਦੇ ਵਿੱਚ, ਤੁਸੀਂ ਆਪਾਂ ਸਾਰਿਆਂ ਦੇਖਿਆ ਕਿ ਉਹਦੇ ਵਿੱਚ ਕੌਣ ਲੋਕ ਸਨ ਔਰ ਕਿਹੜੇ ਲੋਕ ਸੀ। ਉਹ ਕਾਂਗਰਸ ਦੇ ਸੀਟਿੰਗ ਐਮ ਐਲ ਏ, ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਜਿਹੜੇ ਲੋਕ ਸੀ, ਲੀਡਰ ਸੀ, ਉਹਨਾਂ ਦੇ ਟੈਲੀਫੋਨਾਂ ਤੇ ਉਹਨਾਂ ਦੀ ਉਸ ਤਰ੍ਹਾਂ ਦੀ ਬਾਤ ਗੱਲਬਾਤ ਵੀ ਨਹੀਂ ਗਈ ਕਿ ਕਿੰਨੀ ਵੱਡੀ ਗਿਣਤੀ ਵਿੱਚ ਉੱਥੇ ਲੋਕਾਂ ਨੂੰ ਭੇਜਿਆ ਜਾਵੇ ਤਾਂ ਕਿ ਉੱਥੇ ਜਿਹੜਾ ਕੁਛ ਹੋਇਆ ਉਹ ਤੁਸੀਂ ਆਪਾਂ ਸਾਰਿਆਂ ਦੇਖਿਆ ਕਿ ਖਾਲਿਸਤਾਨ ਦਾ ਨਾਂ ਪੱਕਾ ਉੱਥੇ ਲਿਆ ਗਿਆ। ਖਾਲਿਸਤਾਨ ਦੇਖੋ, ਕੋਈ ਖਾਲਿਸਤਾਨ ਬਣਨਾ ਉਹ ਏਡੀ ਸੌਖੀ ਗੱਲ ਹੈ ਕਿਉਂਕਿ ਅਸੀਂ ਛੋਟੇ ਏਰੀਏ 'ਚ ਪੰਜਾਬ ਵਿੱਚ ਖਾਲਿਸਤਾਨ ਬਣਾ ਕੇ ਬੈਠ ਜਾਵਾਂਗੇ ਤੇ ਅਸੀਂ ਕੀ ਸਾਡਾ ਦੇਸ਼ ਕੀ ਅਸੀਂ ਕਹਾਂਗੇ, ਪੂਰਾ ਦੇਸ਼ ਹੈ, ਇਹ ਹੋ ਹੀ ਨਹੀਂ ਸੀ ਸਕਦਾ। ਜਿਸ ਕਰਕੇ ਉਹਨਾਂ ਲੋਕਾਂ ਨੇ ਆਪਣੇ ਸਿਆਸੀ ਲਾਹ ਲੈਣ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਇਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਛ ਕੀਤਾ, ਜਿਹਦੇ 'ਚ ਆਪਣੇ ਆਪ ਤੌਰ 'ਤੇ ਜਿਹੜੇ ਲੋਕ ਉੱਥੇ ਗਏ ਉਹਨਾਂ ਨੂੰ ਲਿਜਾਣ ਦੀ ਗੱਲ ਹੋਰ ਕਹੀ ਕਿ ਜਦੋਂ ਉੱਥੇ ਜਾ ਕੇ ਉਹਨਾਂ ਨੇ ਖਾਲਿਸਤਾਨ ਦਾ ਨਾਂ ਲਿਆ ਔਰ ਲੋਕ ਆਪਣੇ ਆਪ ਉਸ ਗੱਲ ਤੋਂ ਵਾਪਸ ਮੁੜੇ ਵੀ ਇਹਨਾਂ ਨੇ ਗਲਤ ਕਿਹਾ, ਅਸੀਂ ਕੋਈ ਖਾਲਿਸਤਾਨ ਵੀ ਨਹੀਂ, ਅਸੀਂ ਕੋਈ ਖਾਲਿਸਤਾਨ ਬਣਾਉਣਾ ਨਹੀਂ ਚਾਹੁੰਦੇ। ਸੋ ਇਸ ਕਰਕੇ ਉਸ ਚੀਜ਼ ਦਾ ਸਾਰਿਆਂ ਦੇ ਪ੍ਰੈਸ ਵਿੱਚ ਹੀ ਆਇਆ, ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਸਾਰੀ ਗੱਲ ਸਾਹਮਣੇ ਦਿਸਦੀ ਹੋਈ ਕਿ ਕੌਣ ਆਦਮੀ ਸੀ ਔਰ ਕਿੰਨਾਂ ਲੋਕਾਂ ਨੇ ਉਸਦਾ ਜਾ ਕੇ ਹਮਾਇਤ ਕੀਤੀ। ਜੇ ਗੱਲ ਇੱਕ ਉਹਨਾਂ ਦੇ ਹੋਰ ਬਿਆਨ ਦੀ ਕੀਤੀ ਜਾਵੇ ਤਾਂ ਇੱਕ ਸਰਬੱਤ ਖਾਲਸਾ ਜਿਹੜਾ ਕਿ ਉਹ ਕਹਿੰਦੇ ਨੇ ਇੱਕ ਧਾਰਮਿਕ ਸਮਾਗਮ ਸੀ, ਹਾਲਾਂਕਿ ਉਹਨਾਂ ਨੇ ਉਹ ਕਾਂਗਰਸ ਐੱਮ ਐੱਲ ਏ ਜਿਹੜੇ ਉੱਥੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਏ ਸੀ ਉਹਨਾਂ ਦੇ ਪ੍ਰਤੀ ਕੋਈ ਹਜੇ ਐਕਸ਼ਨ ਲਿਆ ਵੀ ਨਹੀਂ ਅਤੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਹ ਕਹਿੰਦੇ ਇੱਕ ਧਾਰਮਿਕ ਸਮਾਗਮ ਸੀ, ਸਿੱਖ ਕੋਈ ਵੀ ਉਸ ਸਮਾਗਮ ਦੇ ਵਿੱਚ ਸ਼ਾਮਿਲ ਹੋ ਸਕਦਾ। ਪਰ ਦੂਜੇ ਪਾਸੇ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ, ਜਿਹੜਾ ਕਿ ਸੈਮੀਫਾਈਨਲ ਮੈਚ ਹੋਊਗਾ ਕਾਂਗਰਸ ਪਾਰਟੀ ਦੇ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ। ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਮੋਨੋਪਲੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਉਸ ਨੂੰ ਖਤਮ ਕੀਤਾ ਜਾਊਗਾ। ਕਿਤੇ ਨਾ ਕਿਤੇ ਸੰਕੇਤ ਦੇ ਰਹੇ ਨੇ ਕਿ ਕਾਂਗਰਸ ਪਾਰਟੀ ਇਸ ਵਾਰੀ, ਹਾਲਾਂਕਿ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਧਾਰਮਿਕ ਜਥੇਬੰਦੀ ਆ, ਉਸ ਦੇ ਵਿੱਚ ਦਖਲ ਅੰਦਾਜ਼ੀ ਦਊਗੀ ਜਾਂ ਨਹੀਂ? ਦੇਖੋ, ਜਿਹੜੀ ਇਹ ਐਸ ਜੀ ਪੀ ਸੀ ਦਾ ਇਲੈਕਸ਼ਨ ਜਦੋਂ ਵੀ ਹੋਇਆ, ਜਿਹੜੀ ਕਾਂਗਰਸ ਪਾਰਟੀ ਹੈ ਉਹ ਭਾਵੇਂ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ, ਜੋ ਮਰਜ਼ੀ ਕਹਿੰਦੀ ਹੈ, ਪਰ ਸਿੱਧੇ ਅਸਿੱਧੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਹਨਾਂ ਨੇ ਹਮੇਸ਼ਾ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਔਰ ਜਦੋਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਟੌੜਾ ਸਾਹਿਬ ਇੱਕ ਵਾਰ ਅਲੱਗ ਹੋ ਗਿਆ ਸੀ ਤੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਕੈਪਟਨ ਨੇ ਪੂਰਾ ਜ਼ੋਰ ਲਗਾ ਕੇ ਮੈਂਬਰਾਂ ਤੱਕ, ਇੱਥੋਂ ਤੱਕ ਕਿ ਉਹਨਾਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉੱਥੇ ਹਰਿਮੰਦਰ ਸਾਹਿਬ ਪਹੁੰਚੇ ਤੇ ਉਦੋਂ ਵੀ ਉਹਨੇ ਪੂਰੀ ਸਰਕਾਰ ਦੀ ਜਿਹੜੀ ਹੈ ਆਪਣੀ ਪਾਵਰ ਅਜਮਾਈ ਕੀਤੀ ਕਿ ਕਿਵੇਂ ਨਾ ਕਿਵੇਂ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਸ ਨੂੰ ਤੋੜਤਾ ਜਾਵੇ ਔਰ ਕਾਂਗਰਸ ਦਾ ਉਹਦੇ ਉੱਪਰ ਕਬਜ਼ਾ ਹੋ ਜਾਵੇ। ਔਰ ਹੁਣ ਵੀ ਉਹ ਉਹਨਾਂ ਨੇ ਸਿੱਧੇ ਤੌਰ 'ਤੇ ਕਹਿਤਾ ਕਿ ਅਸੀਂ ਇਹ ਜਾਂ ਤੁਸੀਂ ਦੱਸ ਰਹੇ ਕੋਈ ਸੈਮੀ ਫਾਈਨਲ ਹੈ, ਜਦੋਂ ਕਿ ਜੇ ਕਾਂਗਰਸ ਇਹ ਗੱਲ ਕਹਿੰਦੀ ਹੈ ਵੀ ਇਹ ਸਿੱਖਾਂ ਦੀ ਇੱਕ ਜਿਹੜੀ ਧਾਰਮਿਕ ਸੰਸਥਾ ਹੈ ਉਹਦੇ ਉੱਪਰ ਵੀ ਕਾਂਗਰਸ ਕਹਿੰਦੀ ਕਿ ਅਸੀਂ ਸੈਮੀ ਫਾਈਨਲ ਖੇਡਣਾ ਤੇ ਅੰਦਾਜ਼ਾ ਤੁਸੀਂ ਆਪ ਲਗਾ ਲਓ ਕਿ ਉਹ ਕੀ ਚਾਹੁੰਦੇ ਹੈ। ਉਹ ਚਾਹੁੰਦੇ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਜਿਹੜੀ ਸ਼ਾਂਤੀ ਜਿਹੜੀ ਹੋ ਰਹੀ ਹੈ ਅੱਜ ਤੋਂ 10-15 ਸਾਲ ਲਗਾਤਾਰ ਜੇ ਚੱਲ ਰਹੀ ਹੈ ਵੀ ਇਹ ਕਿਉਂ ਹੋਈ ਹੈ, ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਤੇ ਉਹ ਪੰਜਾਬ ਵਿੱਚ ਸ਼ਾਂਤੀ ਜਿਹੜੀ ਰਹਿਣ ਰੱਖਣ ਵਾਸਤੇ ਉਹ ਕਦੇ ਉਹਨਾਂ ਨੇ ਕਦੇ ਵੀ ਉਹ ਕਦਮ ਨਾ ਚੁੱਕਣੇ ਤੇ ਨਾ ਹੀ ਚੱਕਿਆ। ਔਰ ਹੁਣ ਉਹਦੇ ਵਿੱਚ ਫੁੱਟ ਪਾਓ ਵਾਲੀ ਗੱਲ ਜਿਹੜੀ ਹੈ ਸਾਹਮਣੇ ਜਿਹੜੀ ਹੈ ਸਾਨੂੰ ਦਿਸ ਰਹੀ ਹੈ। ਜੇ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਧਾਨ ਬਣਨਾ, ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਦੇ ਵਿੱਚ ਆਪਸੀ ਖਿੱਚੋ ਤਾਣ ਚੱਲ ਰਿਹਾ ਸੀ ਲੀਡਰਸ਼ਿਪ ਨੂੰ ਲੈ ਕੇ। ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਇਆ ਵੀ ਗਿਆ, ਚਾਹੇ ਰਿਜ਼ਾਈਨ ਲੈ ਕੇ ਹਟਾਇਆ ਗਿਆ, ਪਰ ਕਿਤੇ ਨਾ ਕਿਤੇ ਕਾਂਗਰਸ ਦੀ ਹਾਲਤ ਕਾਫੀ ਪਤਲੀ ਹੁੰਦੀ ਜਾ ਰਹੀ ਸੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਰਾਜਨੀਤਿਕ ਬਦਲਾਅ ਆਉਣ ਦੀ ਉਮੀਦ ਹੈ ਜਾਂ ਨਹੀਂ? ਉਸ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ? ਦੇਖੋ, ਕੱਲ ਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀ ਉਹ ਗੋਲਡਨ ਟੈਂਪਲ ਗਏ, ਉੱਤੇ ਮੱਥਾ ਟੇਕਣ ਵਾਸਤੇ ਪਰਨੀਤ ਕੌਰ ਤੇ ਦੋਨੋਂ ਗਏ ਤੇ ਉਹਦੇ ਵਿੱਚ ਤੁਸੀਂ ਮੈਜਰ ਕਰ ਸਕਦੇ ਹੋ ਕਿ ਉੱਥੇ ਬਾਜਵਾ ਗਰੁੱਪ ਜਿਹੜਾ ਸੀ ਉਹ ਕੋਈ ਹੈ ਨਹੀਂ ਸੀ। ਕਾਂਗਰਸ ਦੀ ਜਿਹੜੀ ਫੋਟੋ ਹੈ ਉਹ ਤੇ ਕੱਲ ਹੀ ਸਾਹਮਣੇ ਆ ਗਈ ਕਿ ਬਾਜਵਾ ਅਲੱਗ ਹੈ, ਕੈਪਟਨ ਅਲੱਗ ਹੈ। ਕੈਪਟਨ ਤੇ ਪਿਛਲੀ ਵਾਰੀ ਜਦੋਂ ਉਹਨੇ ਸਰਕਾਰ ਬਣਾਈ ਉਦੋਂ ਵੀ ਵਾਅਦੇ ਕੁਛ ਕੀਤੇ ਤੇ ਜਦੋਂ ਸਰਕਾਰ ਬਣਾ ਲਈ ਉਸ ਤੋਂ ਬਾਅਦ ਸਾਰੇ ਵਾਅਦਿਆਂ ਤੋਂ ਮੁੱਕਰ ਗਏ। ਲੋਕ ਪੰਜਾਬ ਦੇ ਲੋਕ ਸਾਰਾ ਕੁਛ ਜਾਣਦੇ ਹੈ
ਕੀ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕੀ ਕੀਤਾ ਤੇ ਜੇ ਹੁਣ ਇਹ ਦੁਬਾਰਾ ਪਾਵਰ ਚ ਆਉਂਦੇ ਹੈ ਤੇ ਫਿਰ ਇਹ ਉਸ ਤੋਂ ਘੱਟ ਨੀ ਕਰੂਗਾ, ਉਸ ਤੋਂ ਵੀ ਜ਼ਿਆਦਾ ਜਿਹੜਾ ਪੰਜਾਬ ਦਾ ਵੱਧ ਨੁਕਸਾਨ ਹੋਊਗਾ। ਇਸ ਕਰਕੇ ਲੋਕ ਜਿਹੜੇ ਹੈ ਇਹ ਨੀ ਕਹਿੰਦੇ ਇਹਦੇ ਆਉਣ ਨਾਲ ਪੰਜਾਬ ਦੀ ਪੂਰੇ ਜਿਹੜਾ ਇਹਨੂੰ ਪਾਵਰ ਆ ਜਾਂਦੀ ਹੈ ਜਾਂ ਪੰਜਾਬ ਵਿੱਚ ਨੇ ਸਰਕਾਰ ਬਣਾਉਣੀ, ਕਦੇ ਹੋ ਨਹੀਂ ਸਕਦਾ। ਕੈਪਟਨ ਜਿਹੜਾ ਇਕੱਲੇ ਤੌਰ ਤੇ ਆਪਣੀ ਸਰਕਾਰ ਨਹੀਂ ਕਦੇ ਵੀ ਬਣਾ ਸਕੇਗਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਹੈ, ਜਿੰਨੀ ਵੀ ਪੂਰਾ ਗਰੁੱਪ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ, ਉਹਦੇ ਵਿੱਚ ਕੋਈ ਦੂਸਰੀ ਗੱਲ ਹੀ ਨਹੀਂ ਹੈ। ਤੇ ਇਹ ਤੇ ਸਗੋਂ ਇਹਦੇ ਬਣਨ ਨਾਲ ਪੰਜਾਬ ਦੇ ਵਿੱਚ ਸਾਨੂੰ ਪੂਰਾ ਯਕੀਨ ਹੈ ਕਿ ਫਿਰ ਤੋਂ ਦੁਬਾਰਾ ਜਿਹੜੀ ਇਹ ਸਰਕਾਰ ਪੀਟ ਹੋਏਗੀ। ਜੇ ਗੱਲਬਾਤ ਕੀਤੀ ਜਾਵੇ ਤੀਜੀ ਧਿਰ ਦੀ ਜੋ ਆਮ ਆਦਮੀ ਪਾਰਟੀ ਦੇ ਨਾਲ ਆ, ਆਮ ਆਦਮੀ ਪਾਰਟੀ ਵੀ ਕਾਫੀ ਸਮੇਂ ਤੋਂ ਆਪਣਾ ਸਿਰ ਪੰਜਾਬ ਦੇ ਵਿੱਚ ਚੱਕ ਰਹੀ ਆ, ਪਰ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣ ਗਏ ਨੇ, ਜਿਹੜੀ ਸਪੋਰਟ ਆਮ ਆਦਮੀ ਪਾਰਟੀ ਨੂੰ ਜਾ ਰਹੀ ਸੀ ਉਹ ਸਪੋਰਟ ਵਾਪਸ ਕਾਂਗਰਸ ਮਿਲਣ ਨਾਲ, ਕੀ ਉਸ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ? ਆ ਪਾਰਟੀ ਨੇ ਦਿੱਲੀ ਦੇ ਵਿੱਚ 10 ਸਾਲ ਲਗਾਤਾਰ ਕੰਮ ਦੀ ਸਰਕਾਰ ਰਹੀ, ਲੋਕ ਇੰਨੇ ਕੁ ਉਹਦੇ ਤੋਂ ਤੰਗ ਆ ਗਏ ਕਿ ਕੋਈ ਅੰਤ ਨਹੀਂ ਸੀ। ਇਸ ਕਰਕੇ ਆਪ ਪਾਰਟੀ ਉਹਨਾਂ ਨੇ ਤੀਜਾ ਬਦਲ ਚਾਹਿਆ ਬੀਜੇਪੀ ਤੋਂ ਨੂੰ ਛੱਡ ਕੇ ਕਿ ਅਸੀਂ ਜਿਹੜੀ ਸਰਕਾਰ ਜਿਹੜੀ ਅਲੱਗ ਬਣਾਉਣੀ, ਔਰ ਉਸ ਨੂੰ ਵਾਅਦਾ ਮਿਲਿਆ। ਪਰ ਜਦੋਂ ਸਰਕਾਰ ਬਣ ਗਈ ਇਕੱਲੇ ਝੂਠੇ ਵਾਅਦੇ ਕਰਕੇ, ਜੇ ਕੋਈ ਕਹੇ ਕਿ ਮੈਂ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਾਂਗਾ, ਐਂ ਕਦੇ ਹੁੰਦਾ ਨਹੀਂ। ਸਾਰਾ ਕੁਛ ਦਿੱਲੀ ਦੇ ਵਿੱਚ ਹੀ ਅਸੀਂ ਦੇਖ ਲਿਆ, ਔਰ ਪੂਰਾ ਦੇਸ਼ ਦੇਖ ਰਿਹਾ ਕਿ ਦਿੱਲੀ ਵਿੱਚ ਉਹ ਕਿੰਨੀ ਕੁ ਉਹਨਾਂ ਦੀ ਸਰਕਾਰ ਕਾਮਯਾਬ ਰਹੀ ਹੈ। ਇਹ ਪੰਜਾਬ ਵਿੱਚ ਜਾ ਕੇ ਵੈਸੇ ਵੀ ਨਹੀਂ ਚੱਲ ਸਕਦੇ, ਕਿਉਂਕਿ ਪੰਜਾਬ ਦਾ ਤੇ ਦਿੱਲੀ ਦਾ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਉੱਥੇ ਦੇ ਲੋਕ ਜਿਹੜੇ ਹੈ ਉਹ ਕਿਸਾਨੀ ਨਾਲ ਜੁੜੇ ਹੋਏ, ਇੱਥੋਂ ਦੇ ਲੋਕ ਬਿਜ਼ਨਸਮੈਨ ਨੇ, ਕੁਛ ਲੋਕ ਇੰਪਲਾਈਜ ਨੇ, ਕੁਛ ਲੋਕ ਛੋਟੇ ਧੰਦੇ ਕਰਨ ਵਾਲੇ ਹੈ, ਕੋਈ ਆਟੋ ਰਿਕਸ਼ਾ ਹੈ, ਕੋਈ ਟੈਕਸੀ ਡਰਾਈਵਰ ਹੈ, ਕੋਈ ਹੋਰ ਟਰੱਕ ਡਰਾਈਵਰ ਹੈ, ਕੋਈ ਹੋਰ ਹੈ, ਇਸ ਤਰ੍ਹਾਂ ਦੇ ਇਹਨਾਂ ਨੂੰ ਇੱਥੇ ਦਾ ਮਾਹੌਲ ਸੀ। ਪਰ ਉਹਨਾਂ ਨੂੰ ਵੀ ਉਸ ਗੱਲ ਇਸ ਸਰਕਾਰ ਬਣਨ ਦਾ ਕੋਈ ਇੰਨਾ ਲਾਭ ਨਹੀਂ ਪਹੁੰਚਿਆ। ਇਸ ਕਰਕੇ ਪੰਜਾਬ ਵਿੱਚ ਜਿਹੜੇ 4 ਸੀਟਾਂ ਤੁਸੀਂ ਪਾਰਲੀਮੈਂਟ ਦੀ ਲੈ ਗਏ, ਇਸ ਵਾਰ ਤਾਂ ਉਹਨਾਂ ਤੋਂ ਵੀ ਇਹ ਹੱਥ ਧੋ ਬੈਠਣਗੇ, ਕਦੇ ਲੈ ਨਹੀਂ ਸਕਣਗੇ। ਇਸ ਕਰਕੇ ਆਪ ਪਾਰਟੀ ਦੇ ਆਉਣ ਨਾਲ ਅਕਾਲੀ ਦਲ ਨੂੰ ਜਿਹੜਾ ਜਿੰਨੀ ਇਹਨਾਂ ਨੇ ਇਨੀਸ਼ੀਏਟ ਕੀਤਾ ਵਿੱਚ ਇੰਟਰਫਰੈਂਸ ਹੋਈ ਹੈ, ਹੁਣ ਇਸ ਵਾਰ ਜਿਹੜਾ ਅਕਾਲੀ ਦਲ ਨੂੰ ਇਸ ਗੱਲ ਦਾ ਵਾਧਾ ਪਹੁੰਚੇਗਾ। ਤੁਸੀਂ ਫਿਰੋਜ਼ਪੁਰ ਏਰੀਏ ਨੂੰ ਰਿਪ੍ਰਜੈਂਟ ਕਰਦੇ ਹੋ, ਜਿਵੇਂ ਤੁਸੀਂ ਦੱਸਿਆ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ MP ਨੇ, ਪਰ ਜੇ ਗੱਲਬਾਤ ਵਾਪਸ ਕਿਸਾਨਾਂ 'ਤੇ ਲੈ ਕੇ ਜਾਈਏ ਤਾਂ ਜਿਹੜੀ ਨਰਮੇ ਦੀ ਬੈਲਟ ਸੀ ਉਸ ਦੇ ਵਿੱਚ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ, ਕਿਸਾਨ ਮੰਗ ਕਰ ਰਹੇ ਨੇ ਕਿ 40,000 ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਸਰਕਾਰ ਵੱਲੋਂ 8,000 ਰੁਪਈਏ ਪ੍ਰਤੀ ਏਕੜ ਦੀ ਪ੍ਰੋਮਿਸ ਕੀਤਾ ਗਿਆ। ਐਜ਼ ਏ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਤੋਂ ਤੁਸੀਂ ਉਸੇ ਬੈਲਟ ਨੂੰ ਰਿਪ੍ਰਜੈਂਟ ਕਰਦੇ ਹੋ, ਕੀ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਜਿਹੜੀ ਹਾਲਤ ਪਹਿਲਾਂ ਹੀ ਕਾਫੀ ਮਾੜੀ ਸੀ ਅਤੇ ਹੁਣ ਨਰਮੇ ਦੀ ਜਿਹੜੀ ਫਸਲ ਤਬਾਹ ਹੋਈ ਆ ਉਸ ਦੇ ਬਾਰੇ ਕੇਂਦਰ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਆ ਅਤੇ ਕੇਂਦਰ ਸਰਕਾਰ ਨੂੰ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਚਾਹੀਦਾ ਜਾਂ ਨਹੀਂ? ਅਸੀਂ ਤੇ ਆਪ ਮੈਂ ਤੇ ਅੱਜ ਵੀ ਇਸ ਮਸਲੇ ਤੇ ਮੇਰੀ ਸੀਗਾ, ਉਹਦੇ ਵਿੱਚ ਮੈਨੂੰ ਟਾਈਮ ਨਹੀਂ ਮਿਲ ਸਕਿਆ। ਤੇ ਕਿਸਾਨਾਂ ਨੂੰ ਜਿਹੜੀ ਇਹ ਮੁਆਵਜ਼ਾ ਹੋਰ ਮਿਲਣਾ ਚਾਹੀਦਾ ਹੈ। ਮੈਂ ਤਾਂ ਜੇ 8,000 ਰੁਪਏ ਉਹ ਕੁਝ ਜ਼ਿਆਦਾ ਮੁਆਵਜ਼ਾ ਨਹੀਂ ਹੈ, ਪਰ ਇਸ ਤੋਂ ਪਹਿਲਾਂ ਵੀ ਜਦੋਂ ਤੋਂ ਵੀ ਕੋਈ ਇਸ ਤਰ੍ਹਾਂ ਦੀ ਸਮਾਂ ਆਉਂਦਾ ਹੈ, ਕੋਈ ਫਸਲ ਤਬਾਹ ਹੁੰਦੀ ਹੈ, ਨੈਚੁਰਲ ਕਲੈਮਿਟੀ ਆਉਂਦੀ ਹੈ, ਕੁਦਰਤੀ ਆਫਤ ਨਾਲ ਕੋਈ ਫਸਲ ਜਾਂਦੀ, ਤਾਂ ਪਹਿਲਾਂ 3,000 ਤੋਂ ਵੱਧ ਕਦੇ 3,500 ਤੋਂ ਵੱਧ ਕਦੇ ਮੁਆਵਜ਼ਾ ਨਹੀਂ ਸੀ ਮਿਲਿਆ। ਪਰ ਇਸ ਵਾਰ ਬਾਦਲ ਸਾਹਿਬ ਦੀ ਨੇ ਪੂਰੀ ਕੋਸ਼ਿਸ਼ ਕਰਕੇ ਕੇਂਦਰ ਸਰਕਾਰ ਤੇ ਵਾਪਸ ਆ ਕੇ ਫਿਰ ਇਸ ਨੂੰ 8,000 ਰੁਪਏ ਦਾ ਜਿਹੜਾ ਹੈ ਉਹ ਪੈਸੇ ਅਸੀਂ ਦੇ ਚੁੱਕੇ ਹਾਂ ਪਿੰਡਾਂ ਦੇ, ਜਿੱਥੇ ਜਿੱਥੇ ਜਿਹਦਾ ਫਸਲ ਤਬਾਹ ਹੋਈ ਸੀ ਉਹ ਮੁਆਵਜ਼ਾ ਪਹੁੰਚ ਗਿਆ। ਪਰ ਇਹ ਮੁਆਵਜ਼ਾ ਬਹੁਤ ਘੱਟ ਹੈ। ਮੈਂ ਆਪ ਮੰਗ ਕਰਦਾ ਕਿ ਇਹਦਾ ਘੱਟੋ ਘੱਟ 25,000 ਤੋਂ ਜਿਹੜਾ ਅਭਾਵ ਹੋਣਾ ਚਾਹੀਦਾ ਇੱਕ ਪਰ ਏਕੜ ਦਾ, ਤੇ ਤਾਂ ਕਿ ਸਰਕਾਰ ਦੇ ਕੋਲ ਵੀ ਜੋ ਫੰਡ ਨੇ ਨੈਚੁਰਲ ਕਲੈਮਿਟੀ ਦੇ ਉਹ ਵੀ ਉਹਨਾਂ ਤੇ ਕਿਸਾਨਾਂ ਤੱਕ ਪਹੁੰਚ ਸਕਣ, ਤੇ ਉਹਨਾਂ ਦੀ ਜਿਹੜੀ ਹੈ ਭਰਪਾਈ ਪੂਰੀ ਤਾਂ ਨਹੀਂ ਹੋ ਸਕਦੀ, ਪਰ ਕਿਆ ਇੱਕ ਤਰ੍ਹਾਂ ਦੀ ਏਡ ਹੋ ਜਾਏਗੀ ਕਿ ਸਰਕਾਰ ਨੇ ਕਿਸਾਨਾਂ ਨੂੰ ਜਿਹੜਾ ਉਹ ਮੁਆਵਜ਼ਾ ਦਿੱਤਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਜਦੋਂ ਵੀ ਕੋਈ ਪੰਜਾਬ ਤੋਂ ਨਿਊਜ਼ ਆਉਂਦੀ, ਕੋਈ ਖਬਰ ਆਉਂਦੀ ਹੈ, ਕਾਫੀ ਚਿੰਤਿਤ ਹੋ ਜਾਂਦੇ ਨੇ। ਅਖੀਰ ਦੇ ਵਿੱਚ ਤੁਸੀਂ ਪੰਜਾਬ ਦੀ ਸਥਿਤੀ ਬਾਰੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਅੱਜ ਦੀ ਸਥਿਤੀ ਕੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਜ਼ ਏ ਗੌਰਮੈਂਟ ਕੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਆ ਉਹਦੇ ਵਿੱਚ ਸੁਧਾਰ ਲਿਆਂਦਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ?
ਦੇਖੋ ਪੰਜਾਬੀ ਜਾਂ ਸਿੱਖ ਕਿਤੇ ਵੀ ਬੈਠੇ ਕਿਸੇ ਵੀ ਦੇਸ਼ ਚ ਬੈਠੇ ਉਹਨਾਂ ਦੀ ਜਿਹੜੀ ਦੇਖ ਬਾਂਹ ਫੜ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਫੜ ਸਕਦੀ ਹੈ। ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਅਸੀਂ ਮੈਂ ਉਦੋਂ ਵੀ ਪਾਰਲੀਮੈਂਟ ਚ ਮੈਂ ਆਪ ਬਹੁਤ ਵਾਰ ਇਸ ਮੁੱਦੇ ਤੇ ਬੋਲਿਆ ਕਿ ਜਿਹੜੇ ਬਾਹਰ ਪੰਜਾਬ ਦੇ ਲੋਕ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਔਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹਰਿਮੰਦਰ ਸਾਹਿਬ ਤੇ ਜਦੋਂ ਅਟੈਕ ਹੋਇਆ ਤੇ ਕੁਛ ਲੋਕਾਂ ਨੇ ਦੇਸ਼ ਦੀ ਛੱਡਣ ਦੀ ਗੱਲ ਕਰਤੀ, ਦੇਸ਼ ਤੋਂ ਬਾਹਰ ਚਲੇ ਗਏ, ਉਹ ਨਾ ਤੇ ਟੈਰੋਰਿਸਟ ਸਨ ਨਾ ਹੀ ਉਹ ਉਸ ਤਰ੍ਹਾਂ ਦੇ ਕਿਸੇ ਕੰਮ ਦੇ ਸ਼ਾਮਲ ਸਨ, ਪਰ ਉਸ ਵੇਲੇ ਦੀ ਸਰਕਾਰ ਨੇ ਜਦੋਂ ਲੋਕ ਬਾਹਰ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ। ਤੇ ਮੈਂ ਆਪ ਡਿਮਾਂਡ ਕੀਤੀ ਸੀ ਦੋ ਵਾਰ ਪਾਰਲੀਮੈਂਟ ਚ ਖੜ ਕੇ ਕਿ ਜਿਹੜੇ ਸਿੱਖ ਆਉਣਾ ਚਾਹੁੰਦੇ ਆ ਤੁਸੀਂ ਜੰਮੂ ਕਸ਼ਮੀਰ ਚ ਇੰਨੇ ਪੈਸੇ ਦਿੰਦੇ ਹੋ ਰਿਹੈਬਲੀਟੇਸ਼ਨ ਵਾਸਤੇ, ਅਸੀਂ ਇਹ ਨੀ ਕਿ ਉਹਨਾਂ ਦੀ ਵਿਰੋਧਤਾ ਕਰਦੇ ਕਿ ਉਹਨਾਂ ਨਾ ਦਿਓ, ਉਹਨਾਂ ਨੂੰ ਵੀ ਦਿੱਤਾ ਜਾਵੇ, ਪਰ ਜਿਹੜੇ ਪੰਜਾਬੀ ਬਾਹਰ ਬੈਠੇ ਹੈ ਸਿੱਖ ਹੈ ਚਾਹੇ ਕੋਈ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਉੱਥੇ ਪੰਜਾਬ ਵਿੱਚ ਆਉਣਾ ਚਾਹੁੰਦੇ ਆ, ਇਨਵੈਸਟ ਕਰਨਾ ਚਾਹੁੰਦੇ ਆ, ਉੱਥੇ ਉਹਨਾਂ ਨੇ ਕਮਾਈ ਕੀਤੀ ਹੈ ਪੈਸਾ ਉਹਨਾਂ ਕੋਲ, ਤੇ ਉਹ ਤੁਸੀਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ, ਇਸ ਕਰਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਤਾਂ ਕਿ ਪੰਜਾਬ ਵਿੱਚ ਆ ਕੇ ਆਪਣੇ ਪਰਿਵਾਰ ਆਪਣਾ ਕਰ, ਕਿਉਂਕਿ ਜਿੱਥੋਂ ਦਾ ਕੋਈ ਵੀ ਇਨਸਾਨ ਜਿੱਥੋਂ ਦਾ ਜੰਮਿਆ ਹੈ ਜਿੱਥੋਂ ਉੱਥੋਂ ਦੀ ਮਿੱਟੀ ਦੀ ਖੁਸ਼ਬੂ ਜਿਹੜੀ ਹੈ ਉਹ ਲੈਣਾ ਚਾਹੁੰਦਾ ਤੇ ਫਿਰ ਉੱਥੇ ਉਹਨਾਂ ਨੂੰ ਜ਼ਰੂਰ ਆਉਣ ਦਿੱਤਾ ਜਾਵੇ। ਇਸ ਤਰ੍ਹਾਂ ਦੇ ਅੱਜ ਔਰ ਹੁਣ ਵੀ ਮੈਂ ਇਹੀ ਦਾਅਵੇ ਨਾਲ ਕਹਿ ਸਕਦਾ ਕਿ ਬੀਜੇਪੀ ਦੀ ਅਕਾਲੀ ਦਲ ਦੀ ਸਰਕਾਰ ਹੀ ਜਿਹੜੀ ਹੈ ਬਾਹਰ ਰਹਿ ਰਹੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਦੇਸ਼ ਇੰਡੀਆ ਨੂੰ ਜਿਹੜਾ ਉਹ ਹੀ ਫਾਇਦਾ ਦੇ ਸਕਦੇ ਹੈ। ਔਰ ਬਾਹਰੋਂ ਆ ਕੇ ਜਿਹੜਾ ਵੀ ਕੋਈ ਇੱਥੇ ਇਨਵੈਸਟ ਕਰੇਗਾ ਉਹਦੇ ਵਾਸਤੇ ਪ੍ਰੋਗਰਾਮ ਲਿਖੇ ਗਏ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਇੱਥੇ ਆ ਕੇ ਕੰਮ ਕਰੇਗਾ ਉਹਨੂੰ ਪੂਰੀਆਂ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਜਾਣ। ਸਾਹਿਬ ਤੁਸੀਂ ਇੰਨੀ ਰਾਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਕਾਫੀ ਵਧੀਆ ਜਾਣਕਾਰੀ ਦਿੱਤੀ ਪੰਜਾਬ ਬਾਰੇ ਜਿਹੜੀ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਲਈ ਕਾਫੀ ਮਹੱਤਵਪੂਰਨ ਸਾਬਤ ਹੋ ਸਕਦੀ ਆ। ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।